ਪਿਆਰ, ਇਸ਼ਕ ਅਤੇ ਮੁਹੱਬਤ ਵਰਗੀਆਂ ਅਜਿਹੀਆਂ ਚੀਜ਼ਾਂ ਹਨ ਜੋ ਲੋਕਾਂ ਦੀ ਸੋਚ ਦੀ ਦਿਸ਼ਾ ਬਦਲ ਦਿੰਦੀਆਂ ਹਨ। ਜਦੋਂ ਵੀ ਲੜਕਾ ਲੜਕੀ ਰਿਲੇਸ਼ਨਸ਼ਿਪ 'ਚ ਹੁੰਦੇ ਹਨ ਤਾਂ ਉਹਨਾਂ ਨੂੰ ਇੱਕ ਦੂਜੇ ਦੀ ਹਰ ਗੱਲ ਪਸੰਦ ਹੁੰਦੀ ਹੈ। ਉਹ ਇੱਕ ਦੂਜੇ ਦੇ ਸਾਥ ਦਾ ਇੰਨਾ ਆਨੰਦ ਲੈਂਦੇ ਹਨ ਕਿ ਉਹ ਸਾਰਾ ਦਿਨ ਇਕੱਠੇ ਰਹਿਣਾ ਚਾਹੁੰਦੇ ਹਨ। ਹਾਲਾਂਕਿ ਜੇਕਰ ਰਿਸ਼ਤਾ ਕਿਸੇ ਕਾਰਨ ਟੁੱਟ ਜਾਂਦਾ ਹੈ ਤਾਂ ਕਈ ਵਾਰ ਕਿਸੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਝਟਕਾ ਲੱਗਦਾ ਹੈ। ਇੱਕ ਲੜਕੀ ਨਾਲ ਵੀ ਅਜਿਹਾ ਹੋਇਆ, ਪਰ ਉਸਨੇ ਜੋ ਬਦਲਾ ਲਿਆ ਉਹ ਵੱਖਰਾ ਹੀ ਸੀ। ਜਦੋਂ ਪਿਆਰ ਹੁੰਦਾ ਹੈ ਤਾਂ ਬੰਦਾ ਕੁਝ ਵੀ ਕਰਨ ਲਈ ਤਿਆਰ ਹੁੰਦਾ ਹੈ। ਜਦੋਂ ਉਹ ਪਿਆਰ ਛੱਡ ਜਾਂਦਾ ਹੈ ਤਾਂ ਕਈ ਵਾਰ ਅਜਿਹੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਜੋ ਕਿਸੇ ਨੂੰ ਵੀ ਹੈਰਾਨ ਕਰ ਦੇਣਗੀਆਂ। ਹੁਣ ਉਸ ਲੜਕੀ ਨੇ ਆਪਣੇ ਬੋਏਫ੍ਰੈਂਡ ਤੋਂ ਬਦਲਾ ਲੈਣ ਦੇ ਲਈ ਇਸ ਲੜਕੀ ਨੇ ਨਾ ਤਾਂ ਉਸਨੂੰ ਕੋਈ ਬੁਰਾ ਭਲਾ ਕਿਹਾ ਅਤੇ ਨਾ ਹੀ ਕੋਈ ਵੱਡਾ ਹੰਗਾਮਾ ਕੀਤਾ। ਸਗੋਂ ਉਹ ਉਸਦੀ ਮਾਂ ਬਣ ਕੇ ਉਸਦੇ ਘਰ ਪਹੁੰਚ ਗਈ। ਜੀ ਹਾਂ, ਕੁੜੀ ਬੋਏਫ੍ਰੈਂਡ ਦੀ ਮਾਂ ਬਣ ਗਈ। ਇਸਦਾ ਮਤਲਬ ਇਹ ਹੋਇਆ ਕਿ ਕੁੜੀ ਨੇ ਉਸਦੇ ਪਿਤਾ ਦੇ ਨਾਲ ਹੀ ਵਿਆਹ ਕਰਵਾ ਲਿਆ। ਇਹ ਕਹਾਣੀ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਇੱਕ ਪੋਸਟ ਸਾਂਝੀ ਹੋਈ ਹੈ ਜਿੱਥੇ ਕਿ ਲੜਕੀ ਨੇ ਲਿਖਿਆ ਹੈ ਕਿ ਜਦੋਂ ਉਸਦੇ ਭਰਾ ਦਾ ਆਪਣੀ ਪ੍ਰੇਮਿਕਾ ਨਾਲ ਰਿਸ਼ਤਾ ਟੁੱਟ ਗਿਆ ਤਾਂ ਉਸਨੇ ਉਸਦੇ ਭਰਾ ਤੋਂ ਅਜੀਬ ਬਦਲਾ ਲਿਆ। ਉਸਨੇ ਬੋਏਫ੍ਰੈਂਡ ਦੇ ਪਿਤਾ ਨਾਲ ਹੀ ਵਿਆਹ ਕਰਵਾ ਲਿਆ ਅਤੇ ਮਤਰੇਈ ਬਣ ਕੇ ਉਸਦੇ ਘਰ ਆ ਗਈ। ਇੰਨਾ ਹੀ ਨਹੀਂ, ਜਦੋਂ ਉਸਦੇ ਭਰਾ ਦਾ ਵਿਆਹ ਤੈਅ ਹੋ ਰਿਹਾ ਸੀ ਤਾਂ ਉਸਨੇ ਹੰਗਾਮਾ ਕਰ ਦਿੱਤਾ ਅਤੇ ਕਿਹਾ ਕਿ ਮਤਰੇਈ ਮਾਂ ਹੋਣ ਦੇ ਨਾਤੇ ਉਸਨੂੰ ਇਹ ਸਭ ਕੁਝ ਜਾਣਨ ਦਾ ਅਧਿਕਾਰ ਹੈ। ਆਮ ਤੌਰ 'ਤੇ ਵਿਆਹ ਜਾਂ ਗੁੜਮਾਈ ਦੌਰਾਨ ਸਿਰਫ ਲਾੜੀ ਚਿੱਟੇ ਰੰਗ ਦਾ ਪਹਿਰਾਵਾ ਪਹਿਨਦੀ ਹੈ ਤਾਂ ਬਾਕੀ ਮਹਿਮਾਨ ਸਧਾਰਨ ਕੱਪੜੇ ਦੇ ਵਿੱਚ ਆਉਂਦੇ ਹਨ ਅਤੇ ਇੱਥੇ ਕੁਝ ਵੱਖਰਾ ਹੋਇਆ। ਆਪਣੇ ਐਕਸ ਬੋਏਫ੍ਰੈਂਡ ਨੂੰ ਤੰਗ ਕਰਨ ਦੇ ਲਈ ਉਸਦੀ ਮਤਰੇਈ ਮਾਂ ਬਣ ਚੁੱਕੀ ਕੁੜੀ ਨੇ ਚਿੱਟਾ ਜੋੜਾ ਪਾਇਆ ਸੀ। ਪਰਿਵਾਰਕ ਫੋਟੋਆਂ ਦੇ ਵਿੱਚ ਵੀ ਉਹ ਹਰ ਜਗ੍ਹਾ ਹੋਣਾ ਚਾਹੁੰਦੀ ਸੀ। ਇਸ ਸਾਰੀ ਘਟਨਾ ਨੂੰ ਜਾਣਨ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਉਹ ਸਮਝ ਨਹੀਂ ਪਾ ਰਹੇ ਕਿ ਲੜਕਾ ਅਜੇ ਤੱਕ ਆਪਣੇ ਪਿਤਾ ਨਾਲ ਕਿਉਂ ਗੱਲ ਕਰ ਰਿਹਾ। ਤਾਂ ਇੱਕ ਅਜਿਹਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿਸਨੇ ਕਿ ਸਭ ਦੇ ਹੋਸ਼ ਉਡਾ ਦਿੱਤੇ ਨੇ। ਤਾਂ ਇਹ ਗੱਲ ਜ਼ਰੂਰ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਅਗਰ ਕਿਸੇ ਨਾਲ ਅਜਿਹਾ ਰਿਸ਼ਤਾ ਰੱਖੋ ਤਾਂ ਉਸਦਾ ਐਵੇਂ ਕਿਸੇ ਦਾ ਫਾਇਦਾ ਨਾ ਚੱਕੋ। ਉਸਦੇ ਨਾਲ ਦਿਲ ਤੋਂ ਸਾਰੀਆਂ ਗੱਲਾਂ, ਰਿਸ਼ਤੇ ਅਤੇ ਨਾਤੇ ਨਿਭਾਓ, ਸਾਰੇ ਵਾਅਦੇ ਨਿਭਾਓ ਤਾਂ ਜੋ ਤੁਸੀਂ ਵੀ ਅਜਿਹੇ ਕਿਸੇ ਮਾਮਲੇ ਦਾ ਸ਼ਿਕਾਰ ਨਾ ਹੋ ਜਾਓ, ਕਿਤੇ ਤੁਹਾਡੀ ਗਰਲਫ੍ਰੈਂਡ ਵੀ ਤੁਹਾਡੇ ਘਰ ਤੁਹਾਡੀ ਮਤਰੇਈ ਮਾਂ ਬਣ ਕੇ ਨਾ ਪਹੁੰਚ ਜਾਏ। ਬਿਊਰੋ ਰਿਪੋਰਟ, ਫੈਕਟ ਨਿਊਜ਼। ਪਿਆਰ, ਇਸ਼ਕ ਅਤੇ ਮੁਹੱਬਤ ਵਰਗੀਆਂ ਅਜਿਹੀਆਂ ਚੀਜ਼ਾਂ ਹਨ ਜੋ ਲੋਕਾਂ ਦੀ ਸੋਚ ਦੀ ਦਿਸ਼ਾ ਬਦਲ ਦਿੰਦੀਆਂ ਹਨ। ਜਦੋਂ ਵੀ ਲੜਕਾ ਲੜਕੀ ਰਿਲੇਸ਼ਨਸ਼ਿਪ 'ਚ ਹੁੰਦੇ ਹਨ ਤਾਂ ਉਹਨਾਂ ਨੂੰ ਇੱਕ ਦੂਜੇ ਦੀ ਹਰ ਗੱਲ ਪਸੰਦ ਹੁੰਦੀ ਹੈ। ਉਹ ਇੱਕ ਦੂਜੇ ਦੇ ਸਾਥ ਦਾ ਇੰਨਾ ਆਨੰਦ ਲੈਂਦੇ ਹਨ ਕਿ ਉਹ ਸਾਰਾ ਦਿਨ ਇਕੱਠੇ ਰਹਿਣਾ ਚਾਹੁੰਦੇ ਹਨ। ਹਾਲਾਂਕਿ ਜੇਕਰ ਰਿਸ਼ਤਾ ਕਿਸੇ ਕਾਰਨ ਟੁੱਟ ਜਾਂਦਾ ਹੈ ਤਾਂ ਕਈ ਵਾਰ ਕਿਸੇ ਇੱਕ ਵਿਅਕਤੀ ਨੂੰ ਬੁਰੀ ਤਰ੍ਹਾਂ ਝਟਕਾ ਲੱਗਦਾ ਹੈ। ਇੱਕ ਲੜਕੀ ਨਾਲ ਵੀ ਅਜਿਹਾ ਹੋਇਆ, ਪਰ ਉਸਨੇ ਜੋ ਬਦਲਾ ਲਿਆ ਉਹ ਵੱਖਰਾ ਹੀ ਸੀ। ਜਦੋਂ ਪਿਆਰ ਹੁੰਦਾ ਹੈ ਤਾਂ ਬੰਦਾ ਕੁਝ ਵੀ ਕਰਨ ਲਈ ਤਿਆਰ ਹੁੰਦਾ ਹੈ। ਜਦੋਂ ਉਹ ਪਿਆਰ ਛੱਡ ਜਾਂਦਾ ਹੈ ਤਾਂ ਕਈ ਵਾਰ ਅਜਿਹੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਜੋ ਕਿਸੇ ਨੂੰ ਵੀ ਹੈਰਾਨ ਕਰ ਦੇਣਗੀਆਂ। ਹੁਣ ਉਸ ਲੜਕੀ ਨੇ ਆਪਣੇ ਬੋਏਫ੍ਰੈਂਡ ਤੋਂ ਬਦਲਾ ਲੈਣ ਦੇ ਲਈ ਇਸ ਲੜਕੀ ਨੇ ਨਾ ਤਾਂ ਉਸਨੂੰ ਕੋਈ ਬੁਰਾ ਭਲਾ ਕਿਹਾ ਅਤੇ ਨਾ ਹੀ ਕੋਈ ਵੱਡਾ ਹੰਗਾਮਾ ਕੀਤਾ। ਸਗੋਂ ਉਹ ਉਸਦੀ ਮਾਂ ਬਣ ਕੇ ਉਸਦੇ ਘਰ ਪਹੁੰਚ ਗਈ। ਜੀ ਹਾਂ, ਕੁੜੀ ਬੋਏਫ੍ਰੈਂਡ ਦੀ ਮਾਂ ਬਣ ਗਈ। ਇਸਦਾ ਮਤਲਬ ਇਹ ਹੋਇਆ ਕਿ ਕੁੜੀ ਨੇ ਉਸਦੇ ਪਿਤਾ ਦੇ ਨਾਲ ਹੀ ਵਿਆਹ ਕਰਵਾ ਲਿਆ। ਇਹ ਕਹਾਣੀ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਇੱਕ ਪੋਸਟ ਸਾਂਝੀ ਹੋਈ ਹੈ ਜਿੱਥੇ ਕਿ ਲੜਕੀ ਨੇ ਲਿਖਿਆ ਕਿ ਜਦੋਂ ਉਸਦੇ ਭਰਾ ਦਾ ਆਪਣੀ ਪ੍ਰੇਮਿਕਾ ਨਾਲ ਰਿਸ਼ਤਾ ਟੁੱਟ ਗਿਆ ਤਾਂ ਉਸਨੇ ਉਸਦੇ ਭਰਾ ਤੋਂ ਅਜੀਬ ਬਦਲਾ ਲਿਆ। ਉਸਨੇ ਬੋਏਫ੍ਰੈਂਡ ਦੇ ਪਿਤਾ ਨਾਲ ਹੀ ਵਿਆਹ ਕਰਵਾ ਲਿਆ ਅਤੇ ਮਤਰੇਈ ਬਣ ਕੇ ਉਸਦੇ ਘਰ ਆ ਗਈ। ਇੰਨਾ ਹੀ ਨਹੀਂ, ਜਦੋਂ ਉਸਦੇ ਭਰਾ ਦਾ ਵਿਆਹ ਤੈਅ ਹੋ ਰਿਹਾ ਸੀ ਤਾਂ ਉਸਨੇ ਹੰਗਾਮਾ ਕਰ ਦਿੱਤਾ ਅਤੇ ਕਿਹਾ ਕਿ ਮਤਰੇਈ ਮਾਂ ਹੋਣ ਦੇ ਨਾਤੇ ਉਸਨੂੰ ਇਹ ਸਭ ਕੁਝ ਜਾਣਨ ਦਾ ਅਧਿਕਾਰ ਹੈ। ਆਮ ਤੌਰ 'ਤੇ ਵਿਆਹ ਜਾਂ ਗੁੜਮਾਈ ਦੌਰਾਨ ਸਿਰਫ ਲਾੜੀ ਚਿੱਟੇ ਰੰਗ ਦਾ ਪਹਿਰਾਵਾ ਪਹਿਨਦੀ ਹੈ ਤਾਂ ਬਾਕੀ ਮਹਿਮਾਨ ਸਧਾਰਨ ਕੱਪੜੇ ਦੇ ਵਿੱਚ ਆਉਂਦੇ ਹਨ ਅਤੇ ਇੱਥੇ ਕੁਝ ਵੱਖਰਾ ਹੋਇਆ। ਆਪਣੇ ਐਕਸ ਬੋਏਫ੍ਰੈਂਡ ਨੂੰ ਤੰਗ ਕਰਨ ਦੇ ਲਈ ਉਸਦੀ ਮਤਰੇਈ ਮਾਂ ਬਣ ਚੁੱਕੀ ਕੁੜੀ ਨੇ ਚਿੱਟਾ ਜੋੜਾ ਪਾਇਆ ਸੀ। ਪਰਿਵਾਰਕ ਫੋਟੋਆਂ ਦੇ ਵਿੱਚ ਵੀ ਉਹ ਹਰ ਜਗ੍ਹਾ ਹੋਣਾ ਚਾਹੁੰਦੀ ਸੀ। ਇਸ ਸਾਰੀ ਘਟਨਾ ਨੂੰ ਜਾਣਨ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਉਹ ਸਮਝ ਨਹੀਂ ਪਾ ਰਹੇ ਕਿ ਲੜਕਾ ਅਜੇ ਤੱਕ ਆਪਣੇ ਪਿਤਾ ਨਾਲ ਕਿਉਂ ਗੱਲ ਕਰ ਰਿਹਾ। ਤਾਂ
ਇੱਕ ਅਜਿਹਾ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿਸਨੇ ਕਿ ਸਭ ਦੇ ਹੋਸ਼ ਉਡਾ ਦਿੱਤੇ ਨੇ। ਤਾਂ ਇਹ ਗੱਲ ਜ਼ਰੂਰ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਅਗਰ ਕਿਸੇ ਨਾਲ ਅਜਿਹਾ ਰਿਸ਼ਤਾ ਰੱਖੋ ਤਾਂ ਉਸਦਾ ਐਵੇਂ ਕਿਸੇ ਦਾ ਫਾਇਦਾ ਨਾ ਚੱਕੋ, ਉਸਦੇ ਨਾਲ ਦਿਲ ਤੋਂ ਸਾਰੀਆਂ ਗੱਲਾਂ, ਰਿਸ਼ਤੇ ਅਤੇ ਨਾਤੇ ਨਿਭਾਓ, ਸਾਰੇ ਵਾਅਦੇ ਨਿਭਾਓ, ਤਾਂ ਜੋ ਤੁਸੀਂ ਵੀ ਅਜਿਹੇ ਕਿਸੇ ਮਾਮਲੇ ਦਾ ਸ਼ਿਕਾਰ ਨਾ ਹੋ ਜਾਓ, ਕਿਤੇ ਤੁਹਾਡੀ ਗਰਲਫ੍ਰੈਂਡ ਵੀ ਤੁਹਾਡੇ ਘਰ ਤੁਹਾਡੀ ਮਤਰੇਈ ਮਾਂ ਬਣ ਕੇ ਨਾ ਪਹੁੰਚ ਜਾਏ। ਬਿਊਰੋ ਰਿਪੋਰਟ, ਫੈਕਟ ਨਿਊਜ਼।